बहुत सारे फेसबुक के विद्वान कल्चर बचाने की गल करते रहते हैं। असल दे विच उन्हां दी पढ़ाई लिखाई इस लैवल की ना होण करके शायद उन्हां नूं ये भी नहीं पता कि मनुख का असल कल्चर की है। याद रखो कि कल्चर कदे भी खत्म नहीं हुंदे, ये हमेशा बदलते रहिंदे ने। मन लवो कि असी अज पंजाबी बोलते हाँ पर साडे दादे पड़दादे ईरान तो आए होण करके साडियां पिछलियां पीढ़ियां फारसी बोलिया करदियां सन। साडा पहरावा उत्थे बहुत ज़्यादा गर्मी होण करके गर्मी दे अनुकूल सी। फिर हौली हौली चीज़ां बदलदियां गईयां, भाषा बदलती गई, कल्चर बदलता गया। उस तरह ही लोग कैनेडा या फिर दुनिया दे होर मुल्कां च रहण चले गए। हुण तुसीं इह तां कह नहीं सकते कि इत्थे -20 दे विच असीं कुर्ते चादरे ला के ते आम जिंदगी नूं जिउ सकते हाँ। हमेशा ही मनुख का कल्चर बदलता रहेगा। जिहड़े बहुत बुद्धिजीवी पढ़े लिखे लोग हन ਉਹ ਇਹ ਗੱਲ ਮੰਨਦੇ ਨੇ ਕਿ ਮਨੁੱਖ ਦਾ ਅਸਲ ਦੇ ਵਿੱਚ ਕੋਈ ਵੀ ਕਲਚਰ ਕਦੇ ਵੀ ਨਹੀਂ ਹੁੰਦਾ। ਹਾਂ, ਜੇ ਤੁਸੀਂ ਆਪਦੇ ਆਪ ਨੂੰ ਬੂੰਦ ਦੇ ਵਾਂਗੂ ਵੇਖਣਾ ਤਾਂ ਫਿਰ ਤੁਹਾਡੀ ਆਪਣੀ ਮਰਜ਼ੀ ਆ। ਪਰ ਜਿਹੜਾ ਚੀਜ਼ਾਂ ਜਿਹੜੀਆਂ ਕਮਿਊਨਿਟੀਆਂ ਸਮੁੰਦਰ ਦੇ ਵਿੱਚ ਰਲ ਜਾਂਦੀਆਂ ਹਨ। ਹੁਣ ਜੇ ਤੁਸੀਂ ਇਹ ਕਹੋ ਕਿ ਗੋਰਿਆਂ ਦਾ ਕਲਚਰ ਖਰਾਬ ਹੋ ਗਿਆ ਜਾਂ ਅੰਗਰੇਜ਼ੀ ਭਾਸ਼ਾ ਖਰਾਬ ਹੋ ਗਈ ਬਾਹਰਲਿਆਂ ਮੁਲਕਾਂ ਦੇ ਵਿੱਚ ਜਾ ਕੇ, ਕਿਉਂਕਿ ਸਾਡੇ ਬੋਲਣ ਦਾ ਹੋਰਾਂ ਕੰਟਰੀਆਂ ਵਿੱਚ ਬੋਲਣ ਦਾ ਜਾਂ ਗੋਰਿਆਂ ਦੀਆਂ ਚੀਜ਼ਾਂ ਨੂੰ ਵਰਤਣ ਦਾ ਰਿਵਾਜ ਵੱਖਰਾ ਵੱਖਰਾ ਹੈ, ਪਰ ਗੋਰੇ ਕਦੇ ਵੀ ਇਸ ਚੀਜ਼ ਦੇ ਉੱਪਰ ਕਿੰਤੂ ਬੰਤੂ ਨਹੀਂ ਕਰਦੇ ਕਿ ਇਹ ਚੀਜ਼ ਸਾਡੀ ਐਂ ਬਣਾਈ ਸੀ ਪਰ ਤੁਸੀਂ ਇਹਨੂੰ ਐਂ ਵਰਤ ਰਹੇ ਹੋ। ਆਓ ਹੁਣ ਮੁੜ ਕੇ ਕਲਚਰ ਦੀ ਗੱਲ ਕਰਦੇ ਹਾਂ। ਮਨੁੱਖ ਦਾ ਕਲਚਰ ਹਮੇਸ਼ਾ ਬਦਲਦਾ ਰਹੇਗਾ। ਸਾਡੇ ਦਾਦੇ ਪੜਦਾਦਿਆਂ ਕੋਲ ਜੋ ਰਿਸੋਰਸਿਸ ਸਨ ਉਹ ਉਹਨੂੰ ਵਰਤਦੇ ਸਨ। ਸਾਡੀ ਭਾਸ਼ਾ ਵੀ ਬਦਲ ਰਹੀ ਹੈ, ਬੇਸ਼ੱਕ ਅੰਗਰੇਜ਼ੀ ਤੱਕ ਬਦਲ ਰਹੀ ਹੈ। ਤੁਸੀਂ ਵੇਖੋ ਹਾਓ ਆਰ ਯੂ ਤੋਂ ਹਾਊਡੀ ਤੱਕ ਦਾ ਸਫ਼ਰ, ਜਿਹੜੇ ਲੋਕਾਂ ਨੂੰ ਪਤਾ ਹੈ ਕਿ ਹਰ ਭਾਸ਼ਾ ਵਿੱਚ ਵਕਤ ਦੇ ਨਾਲ ਚੇਂਜਸ ਆਉਂਦੀਆਂ ਰਹਿੰਦੀਆਂ ਹਨ। ਟੈਕਨੋਲੋਜੀ ਦੇ ਨਾਲ ਕਦੇ ਵੀ ਭਾਸ਼ਾ ਖਤਮ ਨਹੀਂ ਹੁੰਦੀ, ਸਗੋਂ ਦੀ ਇਹ ਦੇਖੋ ਕਿ ਟੈਕਨੋਲੋਜੀ ਆਉਣ ਤੋਂ ਬਾਅਦ ਸਾਡਾ ਜਿਹੜੀ ਭਾਸ਼ਾ ਹੈ ਉਹਦਾ ਪ੍ਰਸਾਰ ਉਦੋਂ ਵੀ ਵੱਡੇ ਪੱਧਰ 'ਤੇ ਹੋਇਆ। ਟੈਕਨੋਲੋਜੀ ਆਉਣ ਤੋਂ ਬਾਅਦ ਸਾਡੇ ਲੋਕ ਸਾਡਾ ਪਹਿਰਾਵਾ ਲੈ ਕੇ ਬਾਹਰਲਿਆਂ ਮੁਲਕਾਂ 'ਚ ਗਏ, ਲੋਕਾਂ ਨੂੰ ਜਾਣੂ ਕਰਾਇਆ। ਸੋ ਇਸ ਗੱਲ ਦਾ ਫਿਕਰ ਛੱਡ ਦਿਓ ਕਿ ਦੁਨੀਆ ਦਾ ਕੋਈ ਵੀ ਕਲਚਰ ਕੋਈ ਹੋਰ ਭਾਸ਼ਾ ਜਾਂ ਹੋਰ ਕਲਚਰ ਖਾ ਜਾਵੇਗਾ। ਹਾਂ, ਉਹ ਗੱਲ ਵੱਖਰੀ ਹੈ ਕਿ ਲੋਕ ਇੱਕ ਦਿਨ ਇੰਨੇ ਅੱਗੇ ਚਲੇ ਜਾਣਗੇ ਕਿ ਉਹ ਆਪਦੀ ਮਰਜ਼ੀ ਨਾਲ ਕੁਝ ਚੀਜ਼ਾਂ ਛੱਡ ਜਾਣਗੇ। ਹੁਣ ਇਹ ਬਦਲਾਓ ਚੰਗਾ ਹੈ ਜਾਂ ਮਾੜਾ ਹੈ, ਇਹ ਤੁਹਾਨੂੰ ਵੀ ਪਤਾ ਕਿ ਬਦਲਾਓ ਹਮੇਸ਼ਾ ਚੰਗੇ ਲਈ ਹੁੰਦੇ ਹਨ। ਸੋ ਇਸ ਕਰਕੇ ਕਲਚਰ ਦਾ ਫਿਕਰ ਕਰਨਾ ਛੱਡ ਕੇ ਅਸੀਂ ਪੂਰੀ ਮਨੁੱਖਤਾ ਦੀ ਖੈਰ ਮੰਗੀਏ ਕਿ ਪੂਰੀ ਮਨੁੱਖ ਜਾਤੀ ਇਸ ਧਰਤੀ ਦੇ ਉੱਪਰ ਚੰਗੀ ਜ਼ਿੰਦਗੀ ਕਿਵੇਂ ਜਿਉਵੇਗੀ।